ਸਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਧੰਨ 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 ਸਾਹਿਬ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਬਹੁਤ ਪਵਿੱਤਰ ਜਗ੍ਹਾ ਬਾਬਾ ਸਾਹਿਬ ਦਿੱਤਾ ਜੀ ਉਹਨਾਂ ਦੇ ਸਥਾਨ ਦੇ ਉੱਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਆਪਾਂ ਸਾਰੇ ਪਹੁੰਚੇ ਹਾਂ। ਸਾਧਾਂ ਦੇ ਚਰਨਾਂ 'ਚ ਨਮਸਕਾਰ ਕਰੀਏ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਹੋਣੀ, ਬਾਬਾ ਜਗਜੀਤ ਸਿੰਘ ਹੋਣੀ ਬੜੇ ਹੀ ਵਿਸਥਾਰ ਦੇ ਨਾਲ, ਸੁੰਦਰ ਢੰਗ ਦੇ ਨਾਲ, ਸਾਰਿਆਂ ਪਾਸਿਆਂ ਤੋਂ ਕੋਈ ਪੁਆਇੰਟ ਛੱਡਿਆ ਨਹੀਂ, ਸਾਧੂਆਂ ਦੀ ਲਾਈਨ ਦਾ, ਗ੍ਰਿਸਤੀ ਦੀ ਲਾਈਨ ਦਾ, ਬੱਚਿਆਂ ਨੂੰ ਕਿਵੇਂ ਸਿੱਖਿਆ ਦੇਣੀ ਆ, ਸਾਧੂਆਂ ਦੀ ਸੰਗਤ ਕਿਵੇਂ ਕਰਨੀ ਆ। ਬਾਬਾ ਜੀ ਬਚਨ ਸੁਣਾ ਰਹੇ ਸੀ, ਬਾਬਾ ਬਸੰਤ ਸਿੰਘ ਜੀ ਹੋਣੀ ਇਹ ਜਰਨਲ ਸਾਹਿਬ ਨੂੰ ਸਿੱਖਿਆ ਦਿੱਤੀ ਸੀ, ਉਹ ਬਰਤਨ ਮਾਂਜਣ ਲੱਗੇ ਸੀਗੇ ਕੁਟੀਆ ਵਿੱਚ ਲੰਗਰ ਛੱਕ ਕੇ, ਅਤੇ ਬਾਬਾ ਜੀ ਬੇਪਰਵਾਹ ਕਹਿਣ ਲੱਗੇ ਵੀ ਤੁਸੀਂ ਜਰਨਲ ਸਾਹਿਬ ਸੇਵਾ ਕਰਨੀ ਸਾਨੂੰ ਆਉਂਦੀ ਆ, ਇਹ ਵੀ ਸਾਨੂੰ ਸਿੱਖਿਆ ਦਿੱਤੀ ਹੈ ਵੀ ਸੇਵਾ ਜੇ ਕਰਨੀ ਹੋਵੇ ਤਾਂ ਮਾਤਾ ਦੀ ਬਾਣੀ ਪੜ੍ਹਨੀ ਚਾਹੀਦੀ ਆ। ਨਾਲ ਹੀ ਇਹ ਵੀ ਸਿੱਖਿਆ ਦਿੱਤੀ ਹੈ ਬਾਬਾ ਜੀ ਹੁਣੀ ਵੀ ਜੇ ਮਾਈਆਂ ਲੰਗਰ ਪਕਾਉਂਦੀਆਂ ਤਾਂ ਉਹ ਬਾਣੀ ਪੜ੍ਹਦੀਆਂ ਹੋਣ। ਅੱਗੇ ਸਮਾਂ ਇੱਦਾਂ ਦਾ ਸੀਗਾ ਜਿਹੜੇ ਕੋਈ ਸਮਾਗਮ ਹੁੰਦਾ ਤਾਂ ਬੀਬੀਆਂ ਲੋਹ 'ਤੇ ਬੈਠ ਕੇ ਵੀ ਸਿੱਧੀਆਂ ਧਾਰਨਾ ਵਿੱਚ ਸ਼ਬਦ ਹੀ ਪੜ੍ਹਿਆ ਕਰਦੀਆਂ ਸੀਗੀਆਂ, ਗੀਤ ਨਹੀਂ ਸੀ ਗਾਉਂਦੇ। ਫਿਰ ਜੇ ਬਾਣੀ ਪੜ੍ਹ ਕੇ ਲੰਗਰ ਪੱਕਿਆ ਹੋਵੇ ਤਾਂ ਜਿਵੇਂ ਬਾਬਾ ਜੀ ਕਹਿੰਦੇ ਵੀ ਉਹ ਜਿਹੜਾ ਬੰਦਾ ਛਕੂਗਾ ਉਹਦਾ ਮਨ ਮਨ ਗੁਰੂ ਸਾਹਿਬ ਨਾਲ ਜੁੜੂਗਾ, ਗੁਰੂ ਸਾਹਿਬ ਨਾਲ ਟੁੱਟੂਗਾ ਨਹੀਂ। ਇਹ ਪੁਰਾਤਨ ਗੱਲਾਂ ਬਾਬਾ ਜੀ ਹੋਣੀ, ਬਾਬਾ ਜਗਜੀਤ ਸਿੰਘ ਨੂੰ ਸਾਰੀਆਂ ਸਾਨੂੰ ਸਰਵਣ ਕਰਵਾਈਆਂ। ਅੱਜ ਸਾਨੂੰ ਲੋੜ ਆ ਜਿੰਨੇ ਬਾਬਾ ਜੀ ਨੇ ਬਚਨ ਕੀਤੇ ਉਹਨਾਂ ਨੂੰ ਆਪਣੇ ਮਨ ਦੇ ਹਿਰਦੇ ਸਥਾਨ ਦੇਈਏ ਅਤੇ ਸਾਧੂਆਂ ਦੇ ਚਰਨਾਂ 'ਚ ਅਰਦਾਸ ਕਰੀਏ। ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕੈਪਟਨ ਸਾਹਿਬ ਹੋਣੀ, ਸੂਬੇਦਾਰ ਸਾਹਿਬ ਉਹਨਾਂ ਨੂੰ ਜਿਹਨਾਂ ਦੇ ਪੋਤਰੀ ਦੀ ਦਾ ਆਨੰਦ ਕਾਰਜ ਆ, ਉਹਨੀ ਮਹਾਰਾਜ ਚਰਨ ਦਾ ਆਸਰਾ ਲਿਆ। ਹੁਣ ਆਪਾਂ ਥੱਲੇ ਨੂੰ ਬਹੁਤ ਚਲੇ ਗਏ ਹਾਂ, ਕਹਿੰਦੇ ਸੁਖਮਨੀ ਸਾਹਿਬ ਦੀ ਪਾਠ ਕਰ ਲਓ ਵੀ ਸੁਖਮਨੀ ਸਾਹਿਬ ਪਾਠ ਕਰਕੇ ਉਹਨੇ ਕੁ ਜ਼ਿਆਦਾ ਕਰ ਲਈਏ। ਕਈ ਵਾਰੀ ਮਕਾਨ ਆਪਾਂ ਬਣਾ ਲੈਂਦੇ ਹਾਂ ਕਰੋੜ ਰੁਪਈਏ ਦਾ, ਅਤੇ ਜਾਂ ਸਹਿਜ ਪਾਠ ਸ੍ਰੀ ਅਖੰਡ ਪਾਠ ਕਰਾਉਣ ਦੇ ਥੈਂ ਉੱਥੇ ਕਹਿੰਦੇ ਸੁਖਮਨੀ ਸਾਹਿਬ ਦੀ ਪੜ੍ਹਾ ਲਓ, 10 ਮਿੰਟ ਕੀਰਤਨ ਕਰਵਾ ਲਓ, ਬਸ ਠੀਕ ਹੈ। ਇਹਦਾ ਮਤਲਬ ਇਹ ਆਪਾਂ ਬਾਣੀ ਤੋਂ ਟੁੱਟੀ ਜਾਂਦੇ ਹਾਂ, ਬਾਣੀ ਤੋਂ ਦੂਰ ਜਾਈ ਜਾਂਦੇ ਹਾਂ। ਜਿੰਨਾ ਅੱਗੇ ਘਰਾਂ ਵਿੱਚ ਅਖੰਡ ਪਾਠ ਤਾਂ ਬਹੁਤ ਘੱਟ ਹੁੰਦਾ ਸੀ, ਪੰਜਾਂ ਸੱਤਾਂ ਪਿੰਡਾਂ 'ਚ ਗੁਰਦੁਆਰਾ ਸਾਹਿਬ ਇੱਕੋ ਹੀ ਹੁੰਦਾ ਸੀਗਾ, ਜੇ ਕਿਤੇ ਅਖੰਡ ਪਾਠ ਸਾਹਿਬ ਹੁੰਦਾ ਸੀ ਨਗਰ ਨਿਵਾਸੀ ਉੱਥੇ ਪਹੁੰਚ ਕੇ ਰਾਤ ਦੇ ਸਮੇਂ ਜਿਹਨੇ ਉਹ ਕੰਮ ਕਰਦੇ ਆਪਣੇ ਖੇਤਾਂ 'ਚ ਰਾਤ ਨੂੰ ਆਣ ਕੇ 2-2 ਘੰਟੇ ਬੈਠ ਕੇ ਮਾਤਾ ਦੀ ਬਾਣੀ ਸਰਵਣ ਕਰਨੀ, ਅਤੇ ਗ੍ਰੰਥੀ ਸਿੰਘ ਵੀ ਬਾਣੀ ਸੁਣਾ ਕੇ ਪੜ੍ਹਦੇ, ਸਪੀਕਰ ਨਹੀਂ ਹੁੰਦੇ ਉਦੋਂ। ਫਿਰ ਮਾਤਾ ਨੇ ਸਾਨੂੰ ਮਰਿਆਦਾ ਬਖਸ਼ੀ ਵੀ ਜੇ ਆਪਾਂ ਸ੍ਰੀ ਅਖੰਡ ਪਾਠ ਨਹੀਂ ਤਾਂ ਸ੍ਰੀ ਸਹਿਜ ਪਾਠ ਹੀ ਕਰਵਾਈਏ, ਸਪਤਾਹਕ ਪਾਠ ਕਰਵਾਈਏ, ਉਹਨਾਂ ਹੀ ਮਹਾਤਮ ਜ਼ਿਆਦਾ ਮਿਲਦਾ, ਫਲ ਜ਼ਿਆਦਾ ਮਿਲਦਾ। ਜਿੱਦਾਂ ਸਿਆਣੇ ਕਹਿੰਦੇ ਵੀ ਜਿੰਨਾ ਗੁੜ ਪਾਈਏ ਮਿੱਠਾ ਵੀ ਉਨਾ ਹੀ ਹੁੰਦਾ। ਜਿੰਨਾ ਆਪਾਂ ਗੁਰੂ ਨਾਲ ਪਿਆਰ ਕਰਾਂਗੇ ਉਨਾ ਹੀ ਗੁਰੂ ਵੱਲੋਂ ਸਾਨੂੰ ਪਿਆਰ ਮਿਲੂਗਾ। ਸਾਚ ਕਹੂੰ ਸੁਣ ਲਿਓ ਸਭ ਹੈ, ਜਿਹਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭ ਪਾਇਓ। ਇਹ ਬੱਚਿਆਂ ਦੀ ਰਾਤ ਸਤਿਗੁਰੂ ਬਖਸ਼ਿਸ਼ ਕਰਦੇ ਆ,
ਜਿਹਦੇ ਕੋਲ ਬੱਚਾ ਨਹੀਂ ਹੁੰਦਾ ਉਹਦੇ ਮਨ ਨੂੰ ਪੁੱਛੀਏ ਜਾਣੀ ਵੀ ਕਿੱਦਾਂ ਕਿਹੜੇ ਭਾਅ ਬੀਤਦੀ ਆ, ਕਿੱਦਾਂ ਉਹ ਸੋਚਦਾ ਆਪਣੇ ਵਾਸਤੇ। ਜੇ ਮਹਾਰਾਜ ਦਾਤਾਂ ਬਖਸ਼ੀਆਂ ਬੱਚੇ ਬੱਚਿਆਂ ਦੀ, ਉਹਨੂੰ ਸ਼ੁੱਭ ਸਿੱਖਿਆ ਦੇਣ ਦਾ ਯਤਨ ਕਰੀਏ। ਇਹ ਜਿੰਨੇ ਵੀ ਮਹਾਂਪੁਰਸ਼ ਪੁਰਾਤਨ ਸੀ, ਹੁਣ ਵੀ ਥੋੜ੍ਹੇ ਥੋੜ੍ਹੇ ਕਹਿੰਦੇ ਆ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰੂ ਘਰ ਵਿੱਚ ਜਾਈਏ ਅਤੇ ਘਰੋਂ ਤੁਰਨ ਲੱਗਿਆ ਸਿੱਖਿਆ ਦੇਈਏ। ਉੱਥੇ ਭੱਜਣਾ ਨੱਠਣਾ ਨਹੀਂ, ਜਿਵੇਂ ਅਸੀਂ ਬੈਠੇ ਹਾਂ ਬੈਠ ਕੇ, ਸਾਡੇ ਨੂੰ ਬੈਠ ਕੇ ਸੰਗਤ ਕਰਨੀ ਆ। ਇਹ ਕਲਯੁੱਗ ਆ, ਕਲਯੁੱਗ ਦਾ ਜ਼ੋਰ ਵੀ ਹੈਗਾ, ਪਰ ਜੇ ਮਹਾਰਾਜ ਜਿਹੜੀ ਬਾਣੀ ਉਹ ਕਲਯੁੱਗ ਉੱਤੇ ਪ੍ਰਭਾਵ ਦੇ ਉੱਤੇ ਕਾਬੂ ਪਾ ਲੈਂਦੀ ਆ। ਲੋੜ ਆ ਬੱਚੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੀ ਵੀ ਲੋੜ ਆ, ਨਾਲ ਨਾਲ ਜਿਹੜੀ ਧਾਰਮਿਕ ਵਿੱਦਿਆ ਨਾ ਉਹਦੀ ਵੀ ਬਹੁਤ ਲੋੜ ਆ। ਧਾਰਮਿਕ ਵਿੱਦਿਆ ਤੋਂ ਬਗੈਰ ਜਿਹੜਾ ਬੱਚੇ ਦਾ ਜੀਵਨ ਜਿਹੜਾ ਉਹ ਅਧੂਰਾ ਰਹਿ ਜਾਂਦਾ। ਸਾਧੂਆਂ ਨੇ ਸਾਨੂੰ ਇਹ ਸਮਾਂ ਬਖਸ਼ਿਆ, ਮਾਨ ਮਨੁੱਖਾਂ ਦੇ ਬਖਸ਼ੀ ਕੀਤੀ ਹੈ ਵੀ ਪਾਤਸ਼ਾਹ ਦੀ ਬਖਸ਼ੀ ਬਾਣੀ ਪੜ੍ਹਨੀ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਫਿਰ ਬੈਠ ਕੇ ਬਾਣੀ ਪੜ੍ਹਨੀ, ਸਿਮਰਨ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕਰਨਾ। ਮਹਾਰਾਜ ਬਾਣੀ ਫਰਮਾਨ ਕਰਦੇ ਗਰੀਬ ਨੂੰ ਸੱਚੇ ਪਾਤਸ਼ਾਹ ਜੀ, ਏਕਾਦ ਇਸ਼ਨਾਨ ਸਿਮਰ ਪ੍ਰਭ ਆਪਣਾ, ਇਹ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ ਇਸ਼ਨਾਨ ਕਰਕੇ, ਠੀਕ ਹੀ ਹੋਊਗਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਜਿਹੜਾ ਮਨ ਆ ਉਹ ਜਿਹੜਾ ਵਿਸ਼ੇ ਵਿਕਾਰਾਂ ਵਿੱਚ ਫਸਿਆ, ਉਹਤੋਂ ਅਰੋਗ ਹੋ ਜਾਂਦਾ, ਸੋਝੀ ਆ ਜਾਂਦੀ ਹੈ ਵੀ ਆਹ ਰਸਤਾ ਚੰਗਾ ਆ, ਆਹ ਰਸਤਾ ਮਾੜਾ ਆ। ਜੇ ਤੁਹਾਨੂੰ ਕੋਈ ਬਿਮਾਰੀ ਲੱਗੀ ਹੋਵੇ, ਜਿਵੇਂ ਬਾਬਾ ਜੀ ਨੂੰ ਦੱਸਦੇ ਸੀ ਵੀ ਫਲਾਨਾ ਸਿੰਘ ਆਏ, ਕਹਿੰਦਾ ਜੀ ਐਂ ਬੱਚੇ ਨੂੰ ਬਿਮਾਰੀ ਸੀ, ਕਹਿੰਦੇ ਸਾਹਿਬ ਬਾਬਾ ਜੀ ਜਾ ਕੇ ਮੱਥਾ ਟੇਕ ਕੇ ਆਓ, ਆਹ ਚੀਜ਼ ਚੜ੍ਹਾ ਕੇ ਆਓ। ਉਹ ਲੂਣ ਬਾਦੀਆਂ ਥੋੜ੍ਹਾ ਠੀਕ ਕਰਨਾ, ਇਹ ਬਾਬਾ ਜੀ ਦੀ ਬੰਦਗੀ ਨੇ ਠੀਕ ਕਰਨਾ, ਬਾਬਾ ਜੀ ਦੀ ਭਗਤੀ ਨੇ ਠੀਕ ਕਰਨਾ। ਜੇ ਆਪਾਂ ਘਰ 'ਚ ਬੈਠ ਕੇ ਬਾਣੀ ਪੜ੍ਹਾਂਗੇ, ਬੱਚੇ ਸੁਣਨਗੇ, ਜਿਹੜਾ ਘਰ ਉਹ ਵੀ ਪਵਿੱਤਰ ਹੋ ਜਾਂਦਾ, ਘਰ ਵਿੱਚ ਵੀ ਸਤੂ ਦੀ ਬਾਣੀ ਦਾ ਵਾਸਾ ਹੋ ਜਾਂਦਾ। ਸਤੂਆਂ ਨੇ ਸਾਨੂੰ ਬਹੁਤ ਸੁਹਾਵਣਾ ਸਮਾਂ ਬਖਸ਼ਿਆ। 84 ਲੱਖ ਜੂਨ ਦੇ ਵਿੱਚੋਂ ਉੱਤਮ ਮਨੁੱਖਾ ਦੇ ਆ, ਇਹ ਮਨੁੱਖਾ ਦੇ ਸਫਲੀ ਤਾਂ ਹੀ ਆ ਜਿਵੇਂ ਗੁਰੂ ਸਾਹਿਬ ਨੇ ਮਰਿਆਦਾ ਬਣਾਈ ਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਲੈ ਕੇ 9 ਜੋਤਾਂ ਤੱਕ ਮਰਿਆਦਾ ਚੱਲੀ ਆ ਰਹੀ ਸੀ ਵੀ ਚਰਨ ਧੋਏ ਰਹਿ ਅਰਦਾਸ ਕਰ, ਚਰਨਾਮਤ ਸਿੱਖਾਂ ਬੁਲਾਇਆ। ਜਿਹੜੇ ਸਿੱਖ ਸਿੱਖੀ ਮੰਗਦੇ ਸੀਗੇ ਅਤੇ ਪਾਤਸ਼ਾਹ ਆਪਣਾ ਚਰਨ ਧੋ ਕੇ ਫਿਰ ਉਹ ਬਖਸ਼ਦੇ ਸੀ, ਚਰਨ ਘਾਲ ਅਤੇ ਸਤਨਾਮ ਦਾ ਉਪਦੇਸ਼ ਬਖਸ਼ਦੇ ਸੀਗੇ। ਹੁਣ ਉਹਨਾਂ ਤੋਂ ਪਾਤਸ਼ਾਹ ਨੇ ਰਹਿਮਤ ਕੀਤੀ, ਉਸ ਚੀਜ਼ ਨੂੰ ਬਦਲਿਆ, ਚਰਨ ਘਾਲ ਨੂੰ ਖੰਡੇ ਦੀ ਪੌਲ ਵਿੱਚ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਖਸ਼ਿਆ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕੀ ਹੈ। ਅੰਮ੍ਰਿਤ ਛਕਣ ਨਾਲ ਇੱਕ ਪ੍ਰਾਣੀ ਗੁਰੂ ਵਾਲਾ ਬਣ ਜਾਂਦਾ, ਇੱਕ ਗੁਰੂ ਸਾਡੇ ਸਾਖੀ ਸਾਥੀ ਬਣ ਜਾਂਦੇ ਆ, ਵਿਚੋਲਾ ਬਣ ਜਾਂਦੇ ਆ। ਗੁਰੂ ਫਿਰ ਹਰ ਥਾਂ ਸਹਾਇਤਾ ਵੀ ਕਰਦਾ ਮਨੁੱਖ ਦੀ, ਜਿੱਥੇ ਕਿਤੇ ਔਖੇ ਥਾਂ ਫਸਿਆ ਹੋਵੇ। ਜਿਵੇਂ ਮੱਖਣ ਸ਼ਾਹ ਦਾ ਜਹਾਜ਼ ਫਸਿਆ ਸੀ ਬਰੇਤੀ ਵਿੱਚ, ਉਹਨੇ ਅਰਦਾਸ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਜਹਾਜ਼ ਬੰਨੇ ਲਾਇਆ ਸੀ। ਬਾਬਾ ਬਿਧੀ ਚੰਦ ਜੀ ਦੁਸ਼ਾਲੇ ਲੈ ਕੇ ਪੱਟੀ ਤੋਂ ਸਾਧੂਆਂ ਦਾ ਨਾਮ ਲੈ ਕੇ ਭੱਠੇ ਵਿੱਚ ਬਹਿ ਗਏ ਬਲਦੇ, ਅਤੇ ਸਾਧੂਆਂ ਨੇ ਕਿਰਪਾ ਕੀਤੀ, ਤੱਤੀ ਹਵਾ ਨਹੀਂ ਲੱਗਣ ਦਿੱਤੀ ਭਾਈ ਬਿਧੀ ਚੰਦ ਹੋਣਾਂ ਨੂੰ, ਅਤੇ ਦੁਸ਼ਾਲੇ ਲੈ ਕੇ ਸਾਧੂਆਂ ਦੇ ਚਰਨਾਂ 'ਚ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਚਰਨਾਂ 'ਚ ਪਹੁੰਚੇ ਸੀ। ਉੱਥੇ ਰੱਖਿਆ ਕਰਨ ਵਾਲੀ ਮਾਤਾ ਦੀ ਬਾਣੀ ਪਰਮੇਸ਼ਰ ਦਾ ਨਾਮ ਹੈ। ਆਪਾਂ ਸਾਧੂਆਂ ਚਰਨਾਂ 'ਚ ਅਰਦਾਸ ਕਰੀਏ, ਬੇਨਤੀ ਕਰੀਏ ਵੀ ਗਰੀਬ ਨਵਾਜ ਜੇ ਮਨੁੱਖਾਂ ਦੇ ਬਖਸ਼ੀ ਕੀਤੀ ਆ, ਸਾਨੂੰ ਪਿਆਰ ਵੀ ਬਖਸ਼ੋ, ਸੋਝੀ ਵੀ ਬਖਸ਼ੋ ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ। ਸੇਵਾ ਕਰਤ ਹੋਏ ਨਾਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਬੱਚਾ ਅਫਸਰ ਉਹ ਹੀ ਬਣਦਾ ਜਿਹਨੇ ਵਿੱਦਿਆ ਪੜ੍ਹੀ ਆ, ਜਿਹਦੇ ਮਾਤਾ ਪਿਤਾ ਨੇ ਵਿੱਦਿਆ ਪੜ੍ਹਾਈ ਆ, ਪੈਸਾ ਖਰਚਿਆ ਅਤੇ ਬੱਚਾ ਲਗਨ ਲਾ ਕੇ ਪੜ੍ਹਿਆ।
ਕਈ ਬੱਚਿਆਂ ਨੂੰ ਘਰੋਂ ਖਰਚ ਖੁੱਲ੍ਹਾ ਮਿਲ ਜਾਂਦਾ, ਪਰ ਉਹ ਕਸੰਗ 'ਚ ਪੈ ਜਾਂਦੇ ਆ, ਵਿੱਦਿਆ ਪੜ੍ਹਦੇ ਨਹੀਂ, ਅਤੇ ਮੁੜ ਕੇ ਉਹ ਫਿਰ ਖਾਲੀ ਰਹਿੰਦੇ ਸਾਰੇ ਪਾਸੇ। ਇਸੇ ਤਰ੍ਹਾਂ ਜਿਹੜੇ ਬੱਚੇ ਸਾਧੂਆਂ ਦੇ ਚਰਨਾਂ ਵਿੱਚ ਆਉਂਦੇ ਆ, ਜਿਹਨਾਂ ਨੂੰ ਮਾਤਾ ਪਿਤਾ ਵੱਲੋਂ ਸ਼ੁੱਭ ਸਿੱਖਿਆ ਮਿਲਦੀ ਆ ਵੀ ਗੁਰੂ ਦਾ ਆਸਰਾ ਹਰ ਟਾਈਮ ਰਹਿਣਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਜਿਹਨੇ ਗੁਰੂ ਸਾਹਿਬ ਸਦਾ ਹੀ ਨਾਲ ਆ। ਪਰ ਜੇ ਯਾਦ ਕਰਾਂਗੇ, ਅਰਦਾਸ ਕਰਾਂਗੇ ਫਿਰ ਹੀ ਆ, ਕੋਈ ਯਾਦ ਕਰੇ ਨਾ ਕਰੇ ਰਹਿੰਦੀ ਉਹ ਨਾਲ ਹੀ ਆ। ਕਾਰਜ ਉਹਦੇ ਸਹੇਲੇ ਕਰਦੇ ਜੇ ਤੈਨੂੰ ਮਿਹਨਤ ਕਰਨੀ ਆ, ਦਇਆ ਕਰਦੇ ਆ, ਮਿਹਨਤ ਕਰਦੇ ਆ, ਉਹ ਸਮਾਂ ਕੱਢੀਏ। ਅੱਗੇ ਗੁਰਸਿੱਖ ਜਿਲ੍ਹੇ ਮਾਤਾ ਹਲੇ ਅੰਮ੍ਰਿਤ ਪਾਨ ਨਹੀਂ ਬਖਸ਼ੀ ਕੀਤੀ ਅੰਮ੍ਰਿਤ ਦੀ, ਅਤੇ ਸ਼੍ਰੀ ਜਪਜੀ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ, ਦੱਖਣੀ ਓਂਕਾਰ, ਬਾਵਨ ਅੱਖਰੀ, ਸ਼ੇਧ ਗੋਸ਼ਟ, ਭਾਈ ਸੱਤੇ ਬੱਲੇ ਮੰਡੇ ਬਲਵੰਡੇ ਦੀ ਵਾਰ, ਭਗਤ ਸਲੋਕ, ਭਗਤ ਕਬੀਰ ਜੀ ਦੇ ਫਰੀਦ ਜੀ ਦੇ ਸਲੋਕ ਆਦਿ ਬਾਣੀਆਂ ਪੜ੍ਹਿਆ ਕਰਦੇ ਸੀਗੇ। ਸਾਧੂਆਂ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਪੰਜ ਬਾਣੀਆਂ ਲਾਜ਼ਮੀ ਕਰ ਦਿੱਤੀਆਂ ਵੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਕਵੇ ਆਵਾਜ਼ ਬੇਨਤੀ ਚੌਪੀ, ਆਨੰਦ ਸਾਹਿਬ ਜੀ ਦੀਆਂ ਬਾਣੀਆਂ ਜ਼ਰੂਰ ਪੜ੍ਹਨੀਆਂ। ਇਹ ਉਹਨੀਆਂ ਬਾਣੀਆਂ ਦਾ ਬਹੁਤ ਥੋੜ੍ਹੀ ਬਾਣੀ ਆ, ਪਰ ਮਹਾਰਾਜ ਨੇ ਇਹ ਨਹੀਂ ਮਨਾ ਕੀਤਾ ਵੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਨਾ। ਸੁਖਮਨੀ ਸਾਹਿਬ ਪਾਠ ਵੀ ਕਰੋ, ਸ੍ਰੀ ਆਸਾ ਦੀ ਬਾਤ ਵੀ ਪੜ੍ਹੀਏ, ਉਹਦੇ ਨਾਲ ਸਾਡੇ ਸਵਾਸ ਲੇਖੇ ਲੱਗਦੇ ਆ, ਭਗਤੀ ਦੇ ਰੂਪ 'ਚ ਆਪਾਂ ਬੈਠ ਕੇ ਬਾਣੀ ਪੜ੍ਹਦੇ ਹਾਂ। ਸਮਾਂ ਜ਼ਰੂਰ ਹੀ ਕੱਢਣਾ ਚਾਹੀਦਾ। ਭਗਤ ਜੀ, ਭਗਤ ਕਬੀਰ ਜੀ ਕਹਿੰਦੇ ਵੀ ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟ ਜੋ ਕੀਨੋ ਸੋ ਲਾਭ। ਭਗਤਾਂ ਦੀ ਕਹਿੰਦੇ ਸੰਤਾਂ ਦੀ ਸੰਗਤ ਕੀਤੀ ਵਿੱਚੋਂ ਇਹ ਲਾਭ ਪ੍ਰਾਪਤ ਹੁੰਦਾ, ਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਸਾਧੂਆਂ ਨਾਲ ਪਿਆਰ ਕਰਨ ਦਾ, ਗੁਰੂ ਵਾਲੇ ਬਣਨ ਦਾ। ਸੋ ਇਹ ਭੰਡਾਰ ਸਾਹਿਬ ਦਾ ਪਰਿਵਾਰ, ਪਿਤਾ ਜੀ, ਇਹਨਾਂ ਦੇ ਮਾਤਾ ਪਿਤਾ ਜੀ ਵੀ ਅੰਮ੍ਰਿਤਧਾਰੀ ਸੀ, ਬੱਚਿਆਂ ਦੇ ਮਾਤਾ ਵੀ ਅੰਮ੍ਰਿਤਧਾਰੀ, ਬੱਚੀ ਨੇ ਵੀ ਅੰਮ੍ਰਿਤ ਛਕਿਆ, ਸਾਧੂਆਂ ਨੇ ਕਿਰਪਾ ਕੀਤੀ ਆ, ਗਰੀਬ ਨਾਲ ਕਿਰਪਾ ਕਰਨ, ਜਿਹੜਾ ਰਹਿੰਦਾ ਸਮਾਂ ਆਉਂਦਾ ਜ਼ਿੰਦਗੀ ਦਾ ਉਹਦੇ ਵਿੱਚ ਸਹਾਇਤਾ ਕਰਨ। ਗੁਰਸਿੱਖੀ ਜੀਵ ਨਾਲ ਪਿਆਰ, ਬਾਣੀ ਬਾਣੀ ਨਾਲ ਪਿਆਰ, ਆਪਣੇ ਮਾਤਾ ਪਿਤਾ ਦੀ ਸੇਵਾ। ਜਦੋਂ ਆਪਾਂ ਕੋਈ ਵਿਆਹ ਸ਼ਾਦੀ ਰੱਖਦੇ ਹਾਂ, ਸਭ ਤੋਂ ਜ਼ਿਆਦਾ ਆਪਾਂ ਨੂੰ ਮਾਤਾ ਦੀ ਬਾਣੀ ਦਾ ਆਸਰਾ ਲੈਣਾ ਚਾਹੀਦਾ। ਜਿਹੜਾ ਗਾਉਣ ਵਜਾਉਣ ਆ ਉਹਦੇ ਵਿੱਚ ਸਾਨੂੰ ਕੋਈ ਮਿਲਦਾ ਨਹੀਂ ਕੁਛ ਵੀ, ਉਹ ਸਮਾਂ ਜਿਹੜਾ ਵਿਅਰਥ ਹੀ ਚਲੇ ਜਾਂਦਾ। ਜਿਵੇਂ ਬਾਬਾ ਜੀ ਕਹਿ ਰਹੇ ਸੀ, ਪਾਰਕ ਉੱਥੇ ਜਾਂਦੇ ਆ ਪੈਲਸਾਂ ਵਿੱਚ, ਤਾਂ ਇੱਕੋ ਹੀ ਕੜਛਾ ਰੱਖਿਆ ਹੁੰਦਾ, ਭਰ ਭਰ ਕੇ ਪਾਈ ਜਾਂਦਾ, ਜੂਠ ਅਤੇ ਸੁੱਚਮ ਰਹਿੰਦੀ ਨਹੀਂ ਕਿਤੇ ਵੀ, ਸੁੱਚਮ ਦੀ ਬਹੁਤ ਲੋੜ ਆ। ਲੰਗਰ ਸਾਧੂਆਂ ਦੇ ਪੰਗ 'ਚ ਬਹਿ ਕੇ ਸਾਨੂੰ ਬਖਸ਼ੀ ਕੀਤੀ, ਪੰਗ 'ਚ ਬਹਿ ਕੇ ਲੰਗਰ ਛਕਣਾ, ਉਹਨੂੰ ਆਪਾਂ ਲੰਗਰ ਕਹਿੰਦੇ। ਸੋ ਪਾਤਸ਼ਾਹ ਦੀ ਮਰਿਆਦਾ ਨਾਲ ਪਿਆਰ ਕਰੀਏ, ਅਤੇ ਫਿਰ ਸਾਧੂਆਂ ਦੇ ਸਾਹ ਦੀਆਂ ਸਾਨੂੰ ਬਖਸ਼ਿਆ ਪ੍ਰਾਪਤ ਹੁੰਦੀਆਂ। ਆਪਾਂ ਸਾਹ ਦੇ ਅੱਜ ਆਏ ਹਾਂ, ਸੂਬੇਦਾਰ ਸਾਹਿਬ ਹੁਣੀ, ਉਹਨਾਂ ਦੇ ਸਪੁੱਤਰ ਭਾਈ ਸਾਹਿਬ, ਭਾਈ ਪਰਮਿੰਦਰ ਸਿੰਘ ਜੀ, SP ਸਾਹਿਬ ਭੰਡਾਲ, ਜਿਹਨਾਂ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ। ਆਪਾਂ ਸਾਰਿਆਂ ਨੇ ਇਹੀ ਅਰਦਾਸ ਕਰਨੀ ਵੀ ਬੱਚੀ ਨੂੰ ਸ਼ੁੱਭ ਮਤ, ਪਰਿਵਾਰ 'ਤੇ ਮਿਹਰ ਕਰਨੀ, ਗੁਰਸਿੱਖੀ ਜੀਵਨ, ਨਾਮ ਬਾਣੀ ਦੀ ਦਾਤ ਬਖਸ਼ਣੀ, ਜਿਹਦੇ ਨਾਲ ਬੱਚੀ ਵਾਲਾ ਜੀਵਨ ਆ ਉਹ ਬਹੁਤ ਸੁਹੇਲਾ ਹੋ ਕੇ ਸਾਧੂਆਂ ਦੇ ਚਰਨਾਂ 'ਚ ਮੋਹਰਲੇ ਪਾਸੇ ਵਡਿਆਈ ਦੇ ਬਚਨ ਸੁਣਨ, ਪਰਿਵਾਰ ਨੂੰ ਵੀ ਮਿਲਣ, ਅਤੇ ਬੱਚੀ ਦਾ ਜੀਵਨ ਵੀ ਸੁਖੀ ਰਹੇ, ਬਾਣੀ ਦੇ ਬਾਣੀ ਦੇ ਧਾਰਨੀ ਹੋਈਏ। ਜਿਹਨੇ ਹਾਲੇ ਤਾਂ ਅੰਮ੍ਰਿਤ ਨਹੀਂ ਛਕਿਆ, ਕੋਈ ਸਿਆਣਾ ਆ, ਬੱਚਾ, ਨਿਆਣਾ, ਅੰਮ੍ਰਿਤ ਛਕਣਾ ਸਾਰਿਆਂ ਲਈ ਜ਼ਰੂਰੀ ਆ। ਗਰੀਬ ਨੂੰ ਅੱਜ ਕਿਰਪਾ ਕਰਦੇ ਵੀ ਗੁਰਬਿੰਦ ਘੋਰ ਅੰਧਾਰ, ਗੁਰੂ ਬਿੰਦ ਸਮਝ ਨਾ ਆਵੇ, ਗੁਰਬਿੰਦ ਸੁਰਤ ਨਾ ਸੇਧ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ। ਸੋ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਆ, ਬਾਬਾ ਜੀ, ਬਾਬਾ ਜਗਜੀਤ ਸੋਹਣੀ, ਬਹੁਤ ਲੰਮਾ ਸਮਾਂ ਆਪ ਜੀ ਬਚਨ ਸਾਨੂੰ ਕਰਵਾਏ ਆ, ਇੰਨੀਆਂ ਬੇਨਤੀਆਂ ਕਰਦੇ, ਕਈ ਭੁੱਲਾਂ ਹੋਈਆਂ ਹੋਣਗੀਆਂ, ਮਾਤਾ ਕਿਰਪਾ ਕਰਨ, ਬਖਸ਼ ਦੇਣੀ ਆ। ਅਗਲਾ ਪ੍ਰੋਗਰਾਮ ਸੂਬੇਦਾਰ ਸਾਹਿਬ ਆਪ ਜੀ ਨੂੰ ਸਰਵਨ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।